ਦੂਜੀ ਲਾਈਵ ਵਿੱਚ ਤੁਹਾਡਾ ਸਵਾਗਤ ਹੈ ਅਤੇ ਗੱਲ ਕਰਾਂਗੇ ਆਪਣਾ ਕੰਮ ਅੱਜ ਕਿੱਥੇ ਤੱਕ ਪਹੁੰਚਿਆ ਅਤੇ ਵੀਰੋ ਨਹੀਂ ਆਏ ਨੇ ਅਤੇ ਕੱਲ੍ਹ ਵੀਰੋ ਨਹੀਂ ਜਲਦ ਬੁਲਾਵਾਂਗੇ ਆਪਾਂ ਬੰਤਾ ਤੇਰੇ ਨੂੰ ਜੀਤਾ 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 ਤੇਰੇ ਨਾਲ ਜੀਤਾ ਦੂਜੇ ਨੂੰ ਬੰਤਾ ਅਤੇ ਅੱਜ ਆਪਣਾ ਭਾਈ ਕੰਮ ਅੱਜ ਤੂੰ ਛੁੱਟੀ ਪਰਤਾ ਛੁੱਟੀ ਕੰਮ ਤਾਂ ਨਹੀਂ ਕਰੇਗਾ ਨਾ ਛੁੱਟੀ ਕਦੇ ਕਰੀ ਫਿਰ ਅੱਜ ਅੱਛਾ ਅਤੇ ਬਾਕੀ ਸਾਰੀ ਮੈਂ ਤਾਂ ਹੁਣ ਕੰਮ ਗਿਆ ਹੋਇਆ ਸੀ ਮੈਂ ਤਾਂ ਹੁਣ ਸਰਪੰਚੀ ਵਿੱਚ ਉਲਝਿਆ ਹੋਇਆ ਅੱਜ ਸਾਰੇ ਪੇਪਰ ਉੱਪਰ ਜਿਹੜੇ ਲੱਗਣੇ ਆ ਉਹ ਦੇਖ ਕੇ ਤੁਹਾਨੂੰ ਦੱਸੂਗਾ ਗਾਹਾਂਗਾ ਇਹ ਅੱਜ ਨਾ ਦੋ ਲਾਈਵ ਆਪਣੇ ਅੱਧਾ ਲਾਈਵ ਇੱਥੋਂ ਅਤੇ ਅੱਧਾ ਲਾਈਵ ਜਾ ਕੇ ਆਪਣਾ ਮੋਟਰ ਉੱਥੇ ਜਾ ਕੇ ਕਰਾਂਗੇ ਆਪਾਂ ਸਰਪੰਚ ਦੀਆਂ ਗੱਲਾਂ ਇੱਥੇ ਹੁਣ ਸਾਰਾ ਹੋਊਗਾ ਆਪਣੇ ਮਕਾਨ ਦੀਆਂ ਗੱਲਾਂ ਇੱਥੇ ਆਪਣੇ ਮਕਾਨ ਦਾ ਲਾਈਵ ਚੱਲੇ ਕਰੂਗਾ ਅਤੇ ਮੋਟਰ ਪਰ ਮੈਂ ਸਰਪੰਚੀ ਵਾਲਾ ਲਾਈਵ ਬਾਕੀ ਆਪਣਾ ਮਹਿਲ ਬਲੌਗ ਉਹ ਬਰੀਕੀ ਵਾਲਾ ਵੀ ਕੱਟ ਜਿਹੜਾ ਪੂਰਾ ਬਲੌਗ ਬਣਦਾ ਜਿਹੜਾ ਜਾਨ ਮਹਿਲ ਵੀਡੀਓ ਪਰ ਪੂਰਾ ਬਲੌਗ ਬਣਦਾ ਪੂਰੇ ਦਿਨ ਦੀ ਡਿਟੇਲ ਹੁੰਦੀ ਉਹਦੇ ਵਿੱਚ ਵੀ ਬਰੀਕੀ 'ਚ ਚੀਜ਼ਾਂ ਦੱਸੀਆਂ ਜਾਂਦੀਆਂ ਇਹ ਤੇਰਾ ਭਾਈ ਸ਼ੁਕਰੀਆ ਤੇਰਾ ਬਹੁਤ ਬਹੁਤ ਧੰਨਵਾਦ ਠੀਕ ਹੈ ਨਾ ਇਹਦਾ ਜਿੱਦਣ ਸਾਰਾ ਕੰਮ ਨਿਬੜ ਗਿਆ ਨਾ ਭਾਈ ਹੁਣ ਤਾਂ ਕੰਮ ਨਿਬੜ ਗਿਆ ਠੀਕ ਹੈ ਇਹਨੂੰ ਇਕੱਠਾ ਕਰ ਕੱਲ੍ਹ ਐਂ ਕਰੀ ਇਹਨੂੰ ਤੈਅ ਮਰਾ ਕੇ ਰੱਖ ਦੀ ਇਹਦਾ ਤੈਨੂੰ ਮਹੀਨੇ ਦਾ 100 ਰੁਪਇਆ ਕਿਰਾਇਆ ਲੈ ਲਈ ਕਰੀ ਮੇਰੇ ਉਹ ਨਹੀਂ ਫਿਰ ਵੀ ਯਾਰ ਦੇਖਿਆ ਤੈਂ ਨਹੀਂ ਮਿਹਨਤ ਹਾਂ ਹਾਂ ਉਹ ਨਹੀਂ 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 ਇਹ ਤਾਂ ਦੇਖ ਹਾਂ 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 ਤੂੰ ਦਮਾ ਗਿਆ ਦੇਖੋ ਭਾਈ ਯਾਰ ਦੇਖ ਤੇਰੀ ਚੀਜ਼ ਆ ਯਾਰ ਠੀਕ ਹੈ ਕੰਮ ਸਰ ਗਿਆ ਨਹੀਂ ਭਾਈ ਤੇਰੀ ਭਾਈ ਸਿਰ ਤਾਂ ਵੀ ਇਹਨੇ ਕੱਲ੍ਹ ਇੱਥੇ ਟੀਨਾਂ ਪਰ ਕਹਿੰਦੇ ਤੇਰੀਆਂ ਇੱਟਾਂ ਗਿੱਲੀਆਂ ਨਾ ਹੋ ਜਾਣ ਜਦੇ ਟੀਨ ਇੱਟਾਂ ਪਰ ਉਹ ਪਾ ਤਾ ਸਾਰਾ ਲੈ ਕੇ ਪੱਲੜੇ ਨੇ ਵੀ ਇੱਟਾਂ ਜਿਹੜੀ ਇਹ ਇੱਟਾਂ ਨਾ ਉਹ ਜ਼ਿਆਦਾ ਪਾਣੀ ਤਰੋ ਨਹੀਂ ਮੰਗਦੀਆਂ ਇਹਨੂੰ ਚਾਹੀਦਾ ਅੱਧ ਹੋ ਗਿਆ ਬਸ ਪਾਣੀ ਮਾਰਿਆ ਬਾਹਰ ਕੱਢ ਲਈ ਬਸ ਵੀ ਐਂ ਛਿੜਕਾ ਜਿਹਾ ਦੇ ਦਿੱਤਾ ਇਹਨੇ ਵੀ ਤਰੋ ਪਾਣੀ ਮਾਰੀ ਹੋ ਜਾਣਾ ਪਾਣੀ ਮਾਰੀ ਹੋ ਜਾਣਾ ਨਹੀਂ ਫਿਰ ਮਸਾਲਾ ਨਹੀਂ ਖੜਦਾ ਹੈਗਾ ਲੈ ਜੀ ਮੈਂ ਇਹ ਤਾਂ ਰਿਪੋਰਟ ਮੰਗ ਰਿਹਾ ਜੀ ਮੈਂ ਤਾਂ ਬਾਹਰ ਤਾਂ ਅਤੇ ਅੱਜ ਕਿਆ ਕੁਛ ਹੋਇਆ ਸਾਰਾ ਕੁਛ ਕਿਆ ਕੁਛ ਨਹੀਂ ਹੋਇਆ ਹੈਗਾ ਅੱਛਾ ਬਾਕੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਮੀਂਹ ਦੇ ਨਾਲ ਫਿਰ ਹੈ ਨਹੀਂ ਉਹਨੂੰ ਨੁਕਸਾਨ ਤਾਂ ਨਹੀਂ ਹੋਇਆ ਫਿਰ ਕੋਈ ਵਿੱਚ ਪਾ ਕੇ ਪਾਣੀ ਪੂਣੀ ਦਾ ਅਤੇ ਵੈਸੇ ਉਹ ਆ ਜਿੱਦਾਂ ਥੋੜ੍ਹਾ ਜਿਹਾ ਗਿਰਿਆ ਹੋਇਆ ਥੱਲੇ ਆ ਦੇਖ ਹੈ ਨਾ ਹੋਇਆ ਤਾਂ ਹੈ ਥੋੜ੍ਹਾ ਜਿਹਾ ਮੈਂ ਘਾ ਦੇਖ ਹੈ ਨਾ ਦੇਖ ਨਹੀਂ ਨਹੀਂ ਅੱਜ ਤਾਂ ਲੱਗੇ ਢਾਹਾ ਨਹੀਂ ਨਹੀਂ ਦੇਖੋ ਯਾਰ ਟੇਢਾ ਮੀਂਹ ਪੈ ਗਿਆ ਵਿੱਚ ਹਵਾ ਤਾਂ ਹੈ ਨਾ ਚੀਜ਼ ਹਾਂ ਆ ਇੱਥੇ ਵੀ ਦੇਖਦੇ ਆਪਾਂ ਇਹ ਬਚਾਅ ਹੋ ਗਿਆ ਇਹਦੇ ਪਰ ਥੋੜ੍ਹੇ ਰਹਿ ਗਈ ਨੰਗੀ ਤੂੰ ਵੀ ਗੌਰ ਕਰਦਾ ਇੱਥੇ ਵੀ ਪਰ ਤੇਰਾ ਟੋਟਾ ਪਿਆ ਹੁੰਦਾ ਵੀ ਵੱਜ ਜਾਣੀ ਤੀ ਬਾਕੀ ਉਹਨੂੰ ਕੋਈ ਹੋਇਆ ਹੋਵੇ ਪਰ ਉਹ ਹੋ ਗਈ ਤੀ ਮੇਰੇ ਖਿਆਲ 'ਚ ਕੰਧ ਉਹ ਤਾਂ ਇਹ ਤਾਂ ਆਪਣੇ ਇਕੱਲੇ ਕਰਕੇ ਦਿੱਤੇ ਤੱਕ ਤਾਂ ਮੇਰੇ ਖਿਆਲ 'ਚ ਹੈਂ ਅੱਛਾ ਹੁਣ ਤੈਅ ਸ਼ਦਰੀ ਕਾਹਦੇ ਲੱਤੀ ਹੈ ਲੈ ਲੈ ਆਪਾਂ ਇਹਨੂੰ ਵੀ ਦੇਖਦੇ ਹਾਂ ਕੱਲ੍ਹ ਵੀ ਸਾਡਾ ਡੱਕਾ ਨਹੀਂ ਕੰਮ ਦਾ ਹੋਇਆ ਹੈਗਾ ਇਹ ਤਾਂ ਠੀਕ ਹੈ ਬੁਰੀ ਹੈ ਨਾ ਆਹ ਵੀ ਠੀਕ ਹੈ ਸਰ ਆਹ ਤਾਂ ਸੁੱਕ ਕੀਤੀ ਜਦ ਤੱਕ ਜਦ ਤਾਂ ਮੀਂਹ ਹੈ ਇਹ ਸੁੱਕ ਕੀਤੀ ਹਾਂ 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 ਲੈ ਵੀ ਆਪਣਾ ਐਂਡ ਹੋ ਗਿਆ ਇੱਥੇ ਇਸ ਤੋਂ ਉੱਪਰ ਜਿਹੜੀ ਹੁਣ ਆਹ ਜਿਹੜਾ ਉੱਪਰ ਹੋਇਆ ਹੋਇਆ ਨਾ ਆਹ ਇਹਦੇ ਉੱਪਰ ਹੁਣ ਬੀਮ ਘੁੰਮਣਾ ਆਪਣਾ ਕੜਾ ਕੜੇ ਪਰ ਪਹੁੰਚ ਗਏ ਆਪਾਂ ਅੱਜ ਮੈਂ ਤਿੰਨ ਮਿਸਤਰੀ ਬੁਲਾਏ ਹੋਏ ਤੇ ਵੀ ਤਿੰਨਾਂ ਨੇ ਅਸੀਂ ਅੱਜ ਪੂਰਾ ਕੜੇ ਦਾ ਘੁਮਾ ਦੇਣਾ ਤਾ ਹਾਂ ਜਿਹੜਾ ਵੀ ਕੋਈ ਤਾਂ ਮੈਨੂੰ ਦੱਸਣਾ ਬੰਦਾ ਠੀਕ ਹੈ ਤੇਰੀ ਜ਼ਿੰਮੇਵਾਰੀ ਹੁਣ ਠੇਕੇਦਾਰ ਤੈਨੂੰ ਬਣਾਉਣਾ ਸਾਰਿਆਂ ਦਾ ਗੈਂਗ ਪ੍ਰਧਾਨ ਠੀਕ ਨਹੀਂ ਬਾਈ ਜਦੇ ਕਹਿੰਦੇ ਕਹਿੰਦੇ ਭਾਈ ਕੈਮਰੇ ਲੱਗੇ ਹੋਏ ਆ ਫਿਰ ਨਾ ਕਿਉਂ ਆ ਕੇ ਭਾਈ ਉਹਨਾਂ ਗੁੱਸਾ ਕਰਨਗੇ ਟੈਲੀਫੋਨ ਪਰ ਬਹੁਤ ਲੱਗੇ ਰਹਿੰਦੇ ਆ ਹੁਣ ਮੈਂ ਕੱਲ੍ਹ ਤੇ ਨਾ ਇਹਨਾਂ ਦਾ ਟੈਲੀਫੋਨ ਬੰਦ ਕਰਵਾਇਆ ਵੀ ਟੈਲੀਫੋਨ ਬਾਈ ਇੱਥੇ ਨਹੀਂ ਵਰਤਣੇ ਹੈਗੇ ਆਪਣੇ ਹਾਂ ਵੀ ਆਪਣੇ ਜਦੋਂ ਬ੍ਰੇਕ ਪੈਂਦੀ ਹੈ ਨਾ ਇੱਕ ਚਾਹ ਟਾਈਮ ਆਪਣਾ ਸੁਣ ਲਓ ਅਤੇ ਜਦੋਂ ਰੋਟੀ ਖਾਂਦੇ ਜਦ ਸੁਣੋ ਇਹ ਜਦੋਂ ਦੂਜੀ ਵਾਰ ਚਾਹ ਬਣਦੀ ਜਦ ਸੁਣ ਲਓ ਆਪਣਾ ਮੈਂ ਜਦੋਂ ਚਾਹ ਹੁੰਦੀ ਨਾ ਕੱਪਾਂ 'ਚ ਪਾ ਕੇ ਠੀਕ ਹੈ ਸਾਰਿਆਂ ਨੂੰ ਫਿਰ ਹੱਕ ਮਾਰਨੀ ਵੀ ਆ ਚਾਹ ਪੀ ਲਓ ਜਾਂ ਫਿਰ ਐਂ ਕਰੇ ਕਰ ਚਾਹ ਹੋਣ ਤੋਂ ਪਹਿਲਾਂ ਇਕੱਲੇ ਕੋਲੋਂ ਪਾਣੀ ਪਾਣੀ ਦਾ ਗਲਾਸ ਠੋਕ ਦੇ ਹੱਥਾਂ 'ਚ ਘੁੰਮ ਜਾ ਪਹਿਲੇ
ਹਾਂਜੀ ਪੂਰਾ 45 ਤੋਂ 40 ਮਿੰਟ ਲਾਉਂਦੇ ਚਾਹ ਪੀਣ ਨੂੰ। ਹਾਂਜੀ ਹਾਂ ਲਾਉਂਦੇ ਆ ਕਈ ਤਾਂ ਵੇ ਬੈਕ ਦੇਖੀ ਜਾਂਦੇ 40 ਤੋਂ 45 ਮਿੰਟ ਲੱਗਦੇ ਚਾਹ ਪੀਣ ਨੂੰ ਜਿਹੜਾ ਹੁਣ ਮੈਂ ਰਿਸ਼ੋ ਕੱਢ ਰਿਹਾ। ਅਤੇ ਅੱਜ ਦਾ ਭਾਈ ਕੰਮ ਆਹੀ ਆਪਣਾ ਇੰਨਾ ਕੁ ਹੋਇਆ। ਇਹ ਭਾਈ ਇੱਥੇ ਦਾ ਲਾਈਵ ਸੀ, ਬਾਕੀ ਮੋਟਰ ਪਰ ਕੁਝ ਸਰਪੰਚ ਦੀਆਂ ਗੱਲਾਂ ਕਰੇ ਕੱਲ੍ਹ ਵੀ ਕਰਾਂਗੇ ਆਪਾਂ। ਅਤੇ ਮੈਨੂੰ ਕਹਿੰਦੇ ਤੂੰ ਇੱਟ ਦਿਖਾ, ਪਰ ਮੈਨੂੰ ਜਦ ਇੱਟ ਕੱਟੀ ਉੱਧਰ ਧੋਤੀ ਲੱਗਦੀ ਨਹੀਂ, ਦੇਖੋ ਇੱਟ ਦੀ ਕੁਆਲਿਟੀ ਦੇਖੋ ਤੁਸੀਂ ਵਿੱਚ ਦੇ ਪਾਣੀ ਦਾ ਨਾ ਬਾਹਰ ਨੂੰ ਕੱਢਦੀ ਜਿੱਦਾਂ ਇਹ ਪਤਾ ਨਹੀਂ ਕਿਆ ਸਿਸਟਮ ਕਿੱਦਾਂ ਉਹਨੂੰ ਕੈਮੀਕਲ ਪਾ ਕੇ ਬਣਾਈ ਹੋਈ ਹੈ ਇਹ। ਠੀਕ ਹੈ, ਵਿੱਚ ਜਿੱਦਾਂ ਮਾਰਬਲ ਮਾਰਬਲ ਦਾ ਚੂਰਾ ਜਾਂ ਵਿੱਚ ਦੂਜੀ ਜੀਰਾ ਸਾਰਾ ਕੁਝ ਵਿੱਚ ਮਿਕਸ ਕਰਕੇ ਬਣਾਈ ਹੋਈ ਹੈ। ਕੱਲ੍ਹ ਤਾਂ ਉਹਨੂੰ ਮਿਸਤਰੀਆਂ ਮੈਂ ਸਲਾਹ ਕਰੂੰਗਾ। ਠੀਕ ਹੈ ਵੀ ਕਿਹੜੇ ਕਿਹੜੇ ਬੰਦੇ ਰੱਖਣੇ, ਮੈਨੂੰ ਪਤਾ, ਮੈਂ ਦੇਖੇ ਵੀ ਕਿਹੜੇ ਕਿਹੜੇ ਬੰਦੇ ਕੰਮ ਕਰਨੇ ਵਾਲੇ। ਉਸ ਹਿਸਾਬ ਨਾਲ ਹੁਣ ਕਿ ਇੱਟ ਤਾਂ ਹੁਣ ਇੱਥੇ ਇਹ ਤਾਂ ਚੱਕ ਚੱਕ ਕੇ ਫੜਾਉਣੀ ਹੈ। ਠੀਕ ਹੈ ਨਾ, ਇਹ ਤਾਂ ਹੁਣ ਇੱਕ ਬੰਦਾ ਹੀ ਢੋਈ ਜਾਵੇ ਉਹੀ ਪੂਰੀ ਕਰ ਦੇਣੀ। ਕੱਲ੍ਹ ਤਾਂ ਮੈਂ ਕਹਿੰਦਾ ਜੇ ਮਿਸਤਰੀਆਂ ਚਾਰ ਬੰਦਿਆਂ ਨੂੰ ਵੀ ਕੰਮ ਚਲਾ ਲੈਣਾ ਕੱਲ੍ਹ ਨੂੰ। ਹੁਣ ਤਾਂ ਕੋਈ ਇੱਡਾ ਹੈ ਉਹ ਨਹੀਂ ਕੰਮ ਕੋਹਦੇ ਵਾਲਾ। ਨਹੀਂ ਨਹੀਂ ਦੋ ਬੰਦੇ ਆ ਤਾਂ ਮੈਂ ਦੱਸਦਾ, ਦੋ ਬੰਦੇ ਮਿਸਤਰੀ ਕੋਲ ਇੱਟ ਫੜਾਉਣੇ ਨੂੰ ਹੋਗੇ, ਦੋ ਬੰਦੇ ਜਿਹੜੇ ਉਹਨੇ ਕੰਮ ਘੁਮਾਈ ਜਾਣਾ ਆਪਣੇ ਨਾਲ ਦੀ ਨਾਲ। ਉਹ ਤਾਂ ਤਸਲਾ ਸਿੱਟ ਕੇ ਜਿੰਨੇ ਨੂੰ ਪਿੱਛੇ ਮਾਲ ਸਿੱਟਦੇ ਚੱਲੀ ਜਾਣੇ ਰੇਲ ਬਣ ਜਾਣੇ, ਚੱਲ ਪੰਜ ਬੰਦੇ ਚੱਲਣਗੇ ਮੇਰੇ ਖਿਆਲ 'ਚ, ਪੰਜ ਬੰਦਿਆਂ ਨਾਲ ਕੰਮ ਬਣੂਗਾ ਸਾਰਾ। ਹਾਂ ਹਾਂ ਦੋ ਮਿਸਤਰੀ ਨਾਲ ਹੋ ਗਏ, ਤਿੰਨ ਬੰਦੇ ਉੱਪਰ ਥੱਲੇ ਕਰਨੇ ਵਾਲਾ ਸਾਰਾ ਸਮਾਨ। ਮੈਂ ਘੋੜੀ ਘੋੜੀ ਤਾਂ ਮਾੜਾ ਆਪ, ਕੱਲ੍ਹ ਛੁੱਟੀ ਹੋਣਾ ਤੇਰੀ ਪਰ ਠੀਕ ਹੈ, ਕੱਲ੍ਹ ਘੋੜੀ ਘੋੜੀ ਦਾ ਆਪ ਮਾੜੀ ਨਾਲ ਯੁੱਧ ਹੋ ਗਏ ਨਾ, ਘੋੜੀ ਨੂੰ ਬਹੁਤ ਟਾਈਮ ਲੱਗਦਾ ਫਿਰ। ਹੈਂ ਸਾਡੇ ਦੋ ਦਿਨ ਹੁਣ, ਮੈਨੂੰ ਇਹ ਕਹਿੰਦੇ ਸੀ ਵੀ ਕਹਿੰਦੇ ਵੀ ਤੂੰ ਕਹਿੰਦੇ ਸੀ ਦੋ ਮਹੀਨੇ ਤਿਆਰ ਕਰਦੇ, ਮੈਨੂੰ ਕਮੈਂਟਾਂ 'ਚ ਦੇਖ ਲੈਂਦਾ। ਮੈਨੂੰ ਐਂ ਕਰਿਓ ਜਿਹੜੇ ਬੰਦੇ ਕਹਿੰਦੇ ਇਹ ਇੰਨੀਓ ਜਗ੍ਹਾ ਆਹੀ ਚੀਜ਼ ਦੇ ਦਿਓ, ਸ਼ਰਤ ਲਾ ਲਿਓ ਮੇਰੇ ਨਾਲ, ਦੋ ਮਹੀਨੇ 'ਚ ਜਿੱਦਾਂ ਹੁਣ ਬਣਨੀ ਹੈ ਤਿਆਰ ਕਰ ਦੂੰਗਾ ਮੈਂ, ਚੈਲੰਜ ਇਹ ਵੀ ਕਰਦਾ। ਪਰ ਹੁਣ ਨਾ ਵਿੱਚ ਛੁੱਟੀਆਂ ਪੈ ਜਾਂਦੀਆਂ, ਉਹ ਹੋ ਜਾਂਦਾ ਫਲਾਣਾ ਧਮਕਾਣਾ ਹੋ ਜਾਂਦਾ, ਮੈਂ ਤਾਂ ਤਿੰਨ ਮਿਸਤਰੀ ਲਿਆ ਖਿੱਚ ਦੇਣਾ। ਉਹਦੇ ਵਿੱਚ ਨਾ ਥੋੜ੍ਹਾ ਜਿਹਾ ਜਿੱਦਾਂ ਆਰਕੀਟੈਕਟ ਅਤੇ ਪਲੰਬਰ ਦੀਆਂ ਆਪਸ 'ਚ ਜਿਹੜੀਆਂ ਸਲਾਹਾਂ ਪੱਤ, ਉਹ ਟਾਈਮ ਬਹੁਤ ਲੈ ਰਹੀਆਂ ਆ। ਇਹਦੇ ਵਿੱਚ ਆਰਕੀਟੈਕਚਰ ਨਾ ਹੁੰਦਾ ਅਤੇ ਆਰਕੀਟੈਕਚਰ ਬਾਕੀ ਜੇ ਹੁਣ ਆਹ ਮੈਪ ਦੇ ਹਿਸਾਬ ਨਾਲ ਚਲਾਉਂਦਾ ਮੈਂ, ਤਾਂ ਹੁਣ ਕਦਾ ਲੈਂਟਰ ਖੜ੍ਹਾ ਹੋਣਾ ਤਾਂ ਹੁਣ ਅੱਜ ਲੈਂਟਰ ਪਾਏ ਉਹਨੂੰ ਮੇਰੇ ਹਿਸਾਬ ਦੇ ਨਾਲ ਪੰਜ ਦਿਨ ਉੱਪਰ ਨਿਕਲ ਜਾਣੇ ਤੇ ਜਿਹੜੇ ਹਿਸਾਬ ਨਾਲ ਮੈਂ ਚੱਲਿਆ ਹੋਇਆ। ਐਵੇਂ ਨਾ ਕਮੈਂਟ ਕਰੀ ਜਾਓ ਕਰੋ, ਜਗ੍ਹਾ ਦੇ ਦਿਓ, ਸ਼ਰਤ ਲਾ ਲਿਓ 10-10 ਲੱਖ ਦੀ, 10-10 ਲੱਖ ਜਿੰਨੇ ਦੀ ਕੋਠੀ 'ਚ ਲਾ ਲਿਓ, ਜਾਂ ਬੰਦਾ ਆਪਣੇ ਕੋਲੋਂ ਰੱਖ ਲਵੇ ਜਾਂ ਮੈਨੂੰ ਦੇ ਦੇਵੇ ਜੇ ਨਾ ਬਣੇ, ਫ੍ਰੀ ਦੇ ਲਾ ਲਵੇ ਜੇ ਹੈ ਕਿਸੇ ਇੰਨਾ ਦਾ ਤਾਂ ਆ ਜਾਵੇ ਮੈਦਾਨ 'ਚ ਆ ਜਾਵੇ। ਇਹ ਕਹਿੰਦੇ ਆ ਇਹ ਚੈਲੰਜ ਲੈਣਾ ਤਾਂ ਮੇਰੇ 'ਚ ਉਹ ਹੈ ਵੀ ਹਾਂ, ਇਹ ਕਹਿੰਦੇ ਇਹ ਕਿੱਥੇ ਮਿਲੀਅਨ ਸਬਸਕ੍ਰਾਈਬਰ ਕਰ ਲੂਗਾ, ਮੈਂ ਕਰਕ ਤੇ ਇਹ ਹੋ ਜਾਂਦਾ ਕੋਈ ਬੜੀ ਗੱਲ ਹੈ, ਬਣ ਜਾਣੇ ਦੀ ਮੈਂ ਤਾਂ ਖਿੱਚਦਾ ਤਾ 3 ਦਿਨ ਦਾ ਨਿਊ ਜਦੇ ਉੱਪਰ ਆ ਗਏ, 3 ਦਿਨ ਦਾ ਨਿਊਆਂ ਭਰਵਾ ਦਿੰਦੀ ਮੈਂ ਕੜੇ ਪਰ ਪਜਾ ਤਾ 4th-4th ਦਿਨ। ਪਰ ਹੁਣ ਵਿੱਚ ਮੌਸਮ ਨੇ ਥੋੜ੍ਹਾ 2 ਦਿਨ ਕੀਤਾ, ਫਿਰ ਥੋੜ੍ਹੇ ਵਿੱਚ ਛੁੱਟੀਆਂ ਵੀ ਕਰਦੇ ਰਹੇ, ਕਦੇ ਚਾਲ ਨਹੀਂ ਪੂਰੀ ਬਣਦੀ ਤੀ, ਫਿਰ ਵਿੱਚ ਆਰਕੀਟੈਕਟ ਨੇ ਵੀ ਕਹਿ ਦਿੱਤਾ ਸੀ ਛੁੱਟੀ ਕਰ ਲਓ ਵੀ ਮੈਂ ਆਪ ਸਾਰੇ ਹਾਲੇ ਮਿਹਨਤ ਬਣਾਉ ਵੀ ਕਰਨੀ, ਹੁਣ ਇੱਥੇ ਥੋੜ੍ਹਾ ਜਿਹਾ ਨਾ ਮੈਂ ਕਿਹਾ ਫਿਰ ਥੋੜ੍ਹਾ ਜਿਹਾ ਕੰਮ ਹੋਇਆ ਇਹ ਹੈ, ਮੈਂ ਕਿਹਾ ਇੱਥੇ ਤਾਂ ਨਾ ਮੈਂ ਕਿਹਾ ਚੱਲ ਕੋਈ ਨਹੀਂ ਹੁਣ ਯਾਰ ਇਹ ਤਾਂ ਹੋ ਗਿਆ ਹੁਣ ਪਾ ਗਿਆ ਉਹ ਇੱਥੇ ਐਲ ਟੈਪ ਬਣੇ ਜਾਣੀ ਯਾਰ, ਫਿਰ ਵੀ ਯਾਰ ਜਿੱਦਾਂ ਉਹ ਕਹਿੰਦਾ ਇੱਥੇ ਕੰਧ ਹੋ ਕੇ ਵੀ ਨਾ ਮੈਨੂੰ 3 ਫੁੱਟ ਦੇ ਇੱਥੇ ਜੁੱਤੀਆਂ ਵਾਸਤੇ ਰੈਕਟ ਬਹੁਤ ਆ, ਜੁੱਤੀਆਂ ਵਾਸਤੇ ਬਣਨਾ ਇੱਥੇ ਆ ਚੀਜ਼ ਵੀ ਇੱਥੇ ਤਾਂ ਇੱਥੇ ਨਿਕਲੇ ਇੱਥੇ ਆਪਣੀ ਜੁੱਤੀ ਖੋਲ੍ਹੀ ਇੱਥੇ ਹੋਊਗਾ ਸਟੋਰ, ਜਿੱਦਾਂ ਆਰਕੀਟੈਕਟ ਕਹਿੰਦਾ ਨਾ ਨਹੀਂ ਦਰਵਾਜ਼ਾ ਤਾਂ ਆ ਜਾਣਾ ਜਿੱਦਾਂ ਉਹ ਇਹਦੇ ਥੱਲੇ ਬਣਨ ਇੱਥੇ ਨੂੰ ਦਰਵਾਜ਼ਾ ਆਇਆ ਸਾਨੂੰ ਕੱਢ ਕੇ ਯਾਰ ਵੀ ਇੱਥੇ ਸਾਈਡ ਪਰ ਐਲ ਟੈਪ ਬਣ ਜਾਣਾ ਤਾਂ ਉਹ ਹੁਣ 6 ਮੈਂ ਇੱਥੇ 4 ਫੁੱਟ ਕਹਿ ਕੇ ਮੈਨੂੰ ਆਰਕੀਟੈਕਟ ਨੇ ਪੂਰੀ ਗੱਲ ਵਿੱਚ ਨੋਟ ਕੀਤੀ, ਕਹਿੰਦੇ ਯਾਰ ਤੈਂ ਉਹਨੂੰ 9 ਇੰਚ ਵੱਧੀ ਜਗ੍ਹਾ ਦਿੱਤੀ, ਕਹਿੰਦਾ ਮੇਰੇ ਕੰਮ ਆਉਣੀ ਤੀ ਉਹ ਵੀ ਇਹ ਚੀਜ਼ਾਂ ਉਹਨਾਂ ਜਿਹੜੀਆਂ ਹੁਣ ਹੁੰਦੀਆਂ ਚੀਜ਼ਾਂ ਇਹ ਮੈਨੂੰ ਬਰੀਕੀ ਇੰਨੀ ਪਤਾ ਨਹੀਂ ਹੈਗੀਆਂ। ਹੁਣ ਆ ਜਾ ਭਾਈ
ਅੱਜ ਪੂਰੇ 17 ਦਿਨ ਉੱਪਰ ਹੋ ਗਏ ਬਾਈ, 17 ਦਿਨ, ਇੱਕ ਸਾਲ 17 ਦਿਨ, ਇੱਕ ਦਿਨ। ਹੈਲੋ ਭਾਈ, ਸਾਡੀ ਧੀ ਰਾਣੀ 1 ਸਾਲ 17 ਦਿਨ ਦੀ ਹੋ ਗਈ ਅੱਜ। ਸਤਿ ਸ੍ਰੀ ਅਕਾਲ। ਇਹ ਹੱਸਦੀ ਸਤਿ ਸ੍ਰੀ ਅਕਾਲ ਵੀ ਲਾਉਂਦੀ ਆ। ਤੇ ਆਪਣਾ ਅੱਧਾ ਲਾਈਵ ਘਰ ਤੋਂ ਸੀ ਅਤੇ ਉਹਦਾ ਕੰਮ ਕਰ ਦਿਖਾਇਆ, ਅਤੇ ਹੁਣ ਅੱਧਾ ਲਾਈਵ ਮੋਟਰ ਪਰ 'ਤੇ, ਜਿੱਥੇ ਆਪਾਂ ਨੇ ਕਹੇ ਜਿਹੜੀ ਸਰਪੰਚ ਵਾਲੀ ਸੀਰੀ ਚੱਲਦੀ ਆ। ਅਤੇ ਅੱਜ ਸ਼ਹਿਰ ਗਿਆ ਹੋਇਆ ਸੀ, ਜਿੱਦਾਂ ਮੈਨੂੰ ਥੋੜ੍ਹਾ ਜਿਹਾ ਉੜਦਾ ਉੜਦਾ ਪਤਾ ਲੱਗਿਆ ਵੀ ਕਹਿੰਦੇ ਜਿਹੜੇ ਬੰਦੇ ਪਰ ਕੇਸ ਚੱਲਦਾ ਹੋਵੇ ਪੇਪਰ ਨਹੀਂ ਭਰ ਸਕਦਾ। ਫਿਰ ਮੈਂ ਜਾ ਕੇ ਇਹੀ ਸਲਾਹ ਵਕੀਲ ਨਾਲ ਕੀਤੀ। ਮੈਂ ਕਿਹਾ ਵੀ ਇੱਦਾਂ ਹੈ? ਉਹ ਕਹਿੰਦਾ ਨਹੀਂ, ਕਹਿੰਦਾ ਇੱਕ ਪੇਪਰ ਨਾਲ ਲੱਗ ਜਾਂਦਾ ਵੀ ਉਹਦੇ ਪਰ ਲਿਖਦੇ ਵੀ ਸਾਡਾ ਹਾਲੇ ਉਹਦਾ ਕੋਈ ਫੈਸਲਾ ਹਾਲੇ ਤੱਕ ਆਇਆ ਨਹੀਂ ਹੈਗਾ, ਵੀ ਕੇਸ ਚੱਲ ਰਿਹਾ, ਪੈਂਡਿੰਗ ਆ ਡਿਸੀਜਨ ਉਹਦਾ, ਵੀ ਇਹ ਪੇਪਰ ਨਾਲ ਲਾਉਣਾ ਤਾਂ ਜ਼ਰੂਰ ਲਿਖ ਕੇ ਨਾ ਵੀ ਹਾਂ ਆਹ ਚੱਲ ਰਿਹਾ। ਉਹ ਮੈਂ ਕਿਹਾ ਵੀ ਭਾਈ ਤਿਆਰ ਕਰ ਦੇ, ਕੱਲ੍ਹ ਤਾਂ ਕੱਲ੍ਹ ਜਾਂ ਪਰਸੋਂ ਤੱਕ ਆਪਾਂ ਨੇ ਪੇਪਰ ਇਹ ਭਰ ਦੇਣੇ, ਠੀਕ ਹੈ ਜੀ? ਅਤੇ ਬਾਕੀ ਦੇਖਦੇ ਹਾਂ। ਅਤੇ ਅੱਜ ਵੀ ਥੋੜ੍ਹਾ ਜਿਹਾ ਗੱਲਾਂ ਪਤਾ ਨਹੀਂ ਉੱਡਦੀ ਉੱਡਦੀਆਂ ਪਤਾ ਲੱਗੀ ਜਾਂਦੀਆਂ, ਜਿੱਦਾਂ ਪਿੰਡ ਦੇ ਵਿੱਚ, ਠੀਕ ਹੈ ਗੁਜਰ ਬਾਈ, ਵੀ ਆਏ ਆ ਫਲਾਣਾ ਢਮਕਾਣਾ ਇਹ ਹੈ ਬੋ ਆ ਜੇ ਹੈ। ਥੋੜ੍ਹਾ ਜ਼ਿਆਦਾ ਚਿਹਰਾ ਨੇੜੇ ਆ ਗਿਆ ਸ਼ਾਇਦ ਮੇਰਾ, ਕਿ ਮੈਂ ਉਹ ਵੈਡ ਐਂਗਲ ਕੀਤਾ ਨਹੀਂ ਸੀ, ਹੁਣ ਕੀਤਾ, ਸੋਰੀ ਸਾਹਿਬ ਤਾਂ ਮਾਫ਼ੀ ਮੰਗਦਾ। ਵੀ ਇਹ ਉਹ ਨਹੀਂ ਹੈ ਵੀ ਕਿਆ ਕਹਿੰਦੇ ਗੁੱਡੇ ਗੁੱਡੇ ਦੇ ਖੇਲ ਹੈ, ਜਿਹਦਾ ਸਰਪੰਚੀ ਵੀ ਹੈ ਨਾ, ਵੀ ਗੁੱਡੇ ਗੁੱਡੇ ਦੇ ਖੇਲ ਨਹੀਂ ਹੈਗਾ ਇਹ, ਪੂਰੇ ਪਿੰਡ ਦੀ ਜ਼ਿੰਮੇਵਾਰੀ ਪੈਂਦੀ ਹੈ। ਜੇ ਹੁਣ ਤੁਸੀਂ ਕਈ ਬੰਦੇ ਕਹਿੰਦੇ ਮੈਂ ਮਖੌਲ ਕਰਦੇ ਇਹ ਕਰਦਾ, ਮਖੌਲ ਨਹੀਂ ਹੈਗਾ, ਦਿਲ 'ਤੇ ਲੱਗਿਆ ਚੀਜ਼ ਪਰ, ਜੇ ਲੱਗਿਆ ਤਾਂ ਸਿਰੇ ਚੜਾਵਾਂਗੇ ਚੀਜ਼ ਨੂੰ, ਠੀਕ ਹੈ ਬਾਈ? ਬਾਕੀ ਗੁੱਜਰ ਬਾਈ ਮੇਰੇ ਨਾਲ ਹੈ, ਸਲਾਹਬਾਤ ਕਰੇ ਕਰਨ, ਹਾਂ ਜਿਹੜੀ ਮੀਟਿੰਗਾਂ ਹੋਏ ਕਰਨਗੀਆਂ ਇੱਥੇ ਸੱਦੇ ਕਰਨੇ, ਘਰ ਨਹੀਂ ਬਈ ਮੋਟਰ ਪਰ ਆ ਜਾਓ ਬਾਈ। ਹਾਂ ਮੈਂ ਜਿਹੜੀ ਗੱਲ ਕਹੀ ਹੈ, ਫੈਸਲਾ ਇੱਥੇ ਹੋਊਗਾ, ਥਾਣੇ ਨਹੀਂ ਜਾਣਾ ਹੈ, ਠੀਕ ਹੈ ਨਾ? ਜਿਹੜਾ ਪਿੰਡ ਦਾ ਕੋਈ ਮਸਲਾ ਜਿਹੜਾ ਭਾਈ ਜਾਂਦਾ ਜਾਓ ਭਾਈ, ਮੈਂ ਨਹੀਂ ਜਾਣਾ ਫਿਰ ਉੱਥੇ ਅਤੇ ਮੇਰੇ ਬਗੈਰ ਪੁੱਛੇ ਦੇਵੇ, ਪਹਿਲਾਂ ਇੱਥੇ ਬੈਠ ਕੇ ਪੰਚਾਇਤ ਦੇ ਵਿੱਚ ਬੈਠ ਕੇ ਫੈਸਲਾ ਹੋਊਗਾ। ਪਹਿਲਾਂ ਇੱਦਾਂ ਹੀ ਹੁੰਦੇ ਸੀ ਫੈਸਲੇ, ਠੀਕ ਹੈ? ਇਹਦੇ ਵਿੱਚ ਤਾਂ ਹੁਣ ਜਿਹੜੇ ਬੰਦੇ ਨੌਲੇਜ ਰੱਖਦੇ, ਮੇਰੇ ਬਹੁਤ ਬੰਦੇ ਨਾਲ ਵਿਚਾਰਾਂ ਹੋਈਆਂ ਵੀ ਸਰਪੰਚ ਦੀ ਪਾਵਰ ਕੀ ਹੁੰਦੀ ਹੈ। ਉਹ ਕਹਿੰਦਾ ਵੀ ਹਾਲੇ ਤੂੰ ਬਣ, ਫਿਰ ਤੈਨੂੰ ਦੱਸਾਂਗਾ, ਜੇ ਤੈਨੂੰ ਪਹਿਲਾਂ ਹੀ ਦੱਸਦੇ ਨਾ ਵੀ ਕਿਆ ਕੁਛ ਹੁੰਦੀ ਆ, ਸਾਰੇ ਮੈਨੂੰ ਗੱਲਾਂ ਬਾਤਾਂ ਸਮਝਾਈਆਂ ਬੰਦੇ ਨੇ, ਉਹ ਆਉਣ ਵਾਲੇ ਸਮੇਂ 'ਚ ਦੱਸਾਂਗੇ। ਉਹਨੂੰ ਕਹਿੰਦੇ ਫਿਰ ਜੇ ਪੈਣਾ ਫਿਰ ਮੈਂ ਡੂੰਘਾਈ ਨਾਲ ਪਾਊਂਗਾ, ਇਹ ਨਹੀਂ ਵੀ ਲਟਰਮ ਪਟਰਮ ਛਟਰਮ ਲਟਰਮ ਪਟਰਮ ਪਟਰਮ ਲਟਰਮ, ਇਹ ਉਹ ਨਹੀਂ ਹੋਊਗਾ ਵੀ ਇੱਦਾਂ ਹੀ ਬਸ ਹੋਊਗਾ। ਜੇ ਚੱਕਾਂਗੇ ਕੋਈ ਚੀਜ਼ ਨਾ ਤਾਂ ਬਣਾ ਕੇ ਦੇਖਾਂਗੇ। ਕਿ ਡੁੰਮੇ ਵਾਲੇ ਕਿਸੇ ਨੇ ਮੁੰਡਾ, ਹੁਣ ਪਿੰਡ ਦਾ ਨਾਂ ਨਹੀਂ ਮੇਰੇ ਯਾਦ ਆਉਂਦਾ, ਨੌਰਵੇ ਮੇਰੇ ਦੋਸਤ ਦਾ ਦੋਸਤ ਆ ਜਿਗਰ, ਜਿੱਦਾਂ ਉਹ ਮੇਰਾ ਆੜੀ ਸੀ, ਹੁਣ ਜਦੋਂ ਮੈਂ ਨੌਰਵੇ 'ਤੇ, ਹੁਣ ਉਹਦਾ ਉਹ ਆੜੀ ਉਹ ਬਣ ਗਿਆ। ਉਸ ਬੰਦੇ ਨੇ ਪਿੰਡ ਦੀ ਨੁਹਾਰ ਬਦਲਤੀ, ਉਹ ਤੁਹਾਨੂੰ ਅਗਲੇ ਪਿੰਡ 'ਚ ਮੈਂ ਦਿਖਾਊਂਗਾ ਮੈਂ ਵੀ ਉਹ ਚੀਜ਼ ਬਣਾਊਂਗਾ। ਮੈਂ ਉਹਦੇ ਨਾਲ ਫਿਰ ਲਾਈਵ ਬੈਠ ਕੇ ਗੱਲਾਂ ਵੀ ਕਰਾਂਗੇ, ਇੱਕ ਪੂਰਾ ਟੋਕ ਰੱਖਾਂਗੇ, ਟੋਕ ਸ਼ੋਅ ਆਪਾਂ ਰੱਖਾਂਗੇ, ਜਿਹੜਾ ਕੋਈ ਪੋਡਕਾਸਟ ਹੈ ਵੀਰੇ, ਵੀ ਤੇਰਾ ਇੰਨਾ ਪਿੰਡ ਪ੍ਰਤੀ ਕਿੱਦਾਂ ਪ੍ਰੇਮ ਜਾਗਿਆ, ਕਰੋੜਾਂ 'ਚ ਪੈਸਾ ਲਾ ਤਾ ਨੇ ਆਪਣੇ ਪਿੰਡ ਪਰ, ਪਤਾ ਲੱਗਦਾ ਪਿੰਡ ਦਾ, ਜਿਹਨੇ ਕਿ ਪੰਜਾਬ ਦਾ ਸਭ ਤੋਂ ਸੋਹਣਾ ਜ਼ਿਲ੍ਹਾ ਪਿੰਡ ਬਣਾਇਆ ਹੋਇਆ ਉਹਨੇ। ਇੱਦਾਂ ਦੀ ਚੀਜ਼ਾਂ ਮੈਂ ਚਾਹੁੰਦਾ ਵੀ ਜੇ ਇਹ ਪਿੰਡ ਬਣੇ ਤਾਂ ਇੱਕ ਅਲੱਗ ਚੀਜ਼ ਬਣੇ। ਜਿਹੜੇ ਬੰਦੇ ਨੇ ਗੱਲਬਾਤ ਕੀਤੀ ਸੀ ਉਹ ਕਹਿੰਦਾ ਇੱਦਾਂ ਕਹੇ ਕਰ ਵੀ ਮੈਂ ਕੰਮ ਉਹ ਕਰ ਦੂੰਗਾ ਜਿਹੜੇ ਅੱਜ ਤੱਕ ਕਿਸੇ ਨੇ ਕਰਿਓ ਨਹੀਂ ਹੈ। ਐਂ ਨਾ ਵੀ ਮੈਂ ਸੀਵਰੇਜ ਕਰ ਦੂੰਗਾ ਇਹ ਮੁੱਦੇ 'ਚ ਫਲਾਣੇ, ਇਹ ਕਹਿੰਦਾ ਛੋਟੀਆਂ ਗੱਲਾਂ, ਕਹਿੰਦਾ ਉਹ ਕੰਮ ਤਾਂ ਕਹਿੰਦਾ ਤੁਹਾਨੂੰ, ਮੈਨੂੰ ਪਤਾ ਵੀ ਕਹਿੰਦਾ ਬਣ ਕੇ ਇੱਕ ਵਾਰੀ ਫਿਰ ਤੁਹਾਨੂੰ ਦੱਸੂਗਾ ਵੀ ਤੇਰੇ ਕਿਆ ਕਿਆ ਪਾਵਰ ਹੈ ਤੇਰੇ ਕੋਲ, ਵੀ ਤੂੰ ਕਿਆ ਕਰ ਸਕਦਾ, ਉਹ ਤੁਹਾਨੂੰ ਦੱਸੂਗਾ ਪਹਿਲਾਂ ਜਿੱਤ ਕੇ ਆ ਮੇਰੇ ਕੋਲ ਇੱਕ ਵਾਰੀ, ਠੀਕ ਹੈ ਜੀ? ਅਤੇ ਆਪਣੀ ਅੱਜ ਦਾ ਜਿਹੜਾ ਲਾਈਵ ਹੈ, ਠੀਕ ਹੈ ਵੀ ਗੁੱਜਰ ਬਾਈ, ਗੱਲਾਂ ਬਾਤਾਂ ਬਹੁਤ ਹੋਈ ਜਾਂਦੀਆਂ ਫਿਰ, ਠੀਕ ਹੈ ਜੀ? ਥੋੜ੍ਹਾ ਕੈੜਾ ਵੀ ਹੋਣਾ ਪੈਣਾ ਅਤੇ ਕੰਮਕਾਰ ਕਰਨੇ ਪੈਣੇ ਆ। ਹੁਣ ਇਹ ਆ ਵੀ ਕੁਝ ਬੰਦੇ ਦਬਾਉਣ ਵਾਸਤੇ ਵੀ ਆਉਣਗੇ, ਭਾਈ ਮੈਂ ਤਾਂ ਪਹਿਲਾਂ ਕਿਹਾ ਹੋਇਆ, ਹਾਲੇ ਥੋੜ੍ਹਾ ਬਹੁਤਾ ਯਾਰ ਕਿਸੇ ਨੇ ਹਾਲੇ ਸਲਾਹਬਾਤ ਕਿਸੇ ਨੇ ਨਹੀਂ ਕੀਤੀ, ਆਪਾਂ ਤਾਂ ਐਲਾਨ ਕਰਤਾ ਭਾਈ ਆਪਣੇ ਪੇਪਰ ਭਰਨੇ ਆ, ਠੀਕ ਹੈ?
ਹੁਣ ਮੈਨੂੰ ਇਹ ਲੱਗਦਾ ਵੀ ਸਰਬਸੰਮਤੀ ਹੋ ਵੀ ਸਕਦੀ ਆ ਨਹੀਂ ਵੀ ਹੋ ਸਕਦੀ, ਉਹਦੇ ਵਿੱਚ ਦੇਖ ਦਿਓ ਕਿਹੜੇ ਬੰਦੇ ਨਾ ਆਉਂਦੇ ਆ, ਫਿਰ ਕਿ ਮੇਰੇ ਕੋਲ ਬੰਦੇ ਆਉਣਗੇ ਫਿਰ ਇਹ ਗੱਲਬਾਤ ਕਰਨ ਵਾਸਤੇ। ਥੋੜ੍ਹਾ ਟਾਈਮ ਨਹੀਂ ਤਾਂ 5 ਸਾਲ ਜ਼ਿੰਦਗੀ ਦੇ 5 ਸਾਲ ਉਹ ਸਾਡਾ ਬਰਬਾਦ ਹੋ ਜਾਣੇ। ਮੈਂ ਚਾਹੁੰਦਾ ਵੀ ਜਿਹੜੇ 5 ਸਾਲ ਅਗਲੇ ਆਉਣ ਤਾਂ ਪਿੰਡ ਪਰ ਲੱਗਣੇ ਵਾਲੇ ਆਉਣ, ਇੱਕ ਇੱਕ ਦਿਨ ਦਾ ਪਿੰਡ ਦਾ ਹਿਸਾਬ ਕਿਤਾਬ ਹੋਵੇ, ਪਿੰਡ 'ਚ ਕੌਣ ਬੰਦਾ ਵੜਿਆ, ਕਿਹੜਾ ਬੰਦਾ ਆਇਆ, ਕੈਮਰੇ ਲੱਗਣੇ, ਬੜੀਆਂ ਚੀਜ਼ਾਂ ਸੋਚੀਆਂ ਹੋਈਆਂ ਵੀ ਇੱਦਾਂ ਇੱਦਾਂ ਆਏ ਨੂੰ ਹਾਰ ਬਦਲਣੀ। ਇੱਕ ਤਾਂ ਬੈਠ ਕੇ ਹੁਣ ਕਿਤੇ ਹੋਈ ਪਿੰਡ ਦੀ ਮੀਟਿੰਗ, ਇੱਕ ਅੱਧੇ ਦਿਨ 'ਚ ਬੈਠੇ ਗੱਲਾਂ ਬਾਤਾਂ ਕਰਾਂਗੇ ਇਹਦੇ ਬਾਰੇ, ਸਾਰੀ ਬੈਠ ਕੇ ਹੁਣ ਵਿਚਾਰ ਰੱਖਾਂਗੇ, ਉਹਨਾਂ ਦੇ ਸਾਰਿਆਂ ਵਿਚਾਰ ਸੁਣਾਂਗੇ ਭਾਈ ਆਹ ਚੀਜ਼ ਕਰਨਾ ਚਾਹੁੰਦਾ ਜੇ ਮੇਰੇ ਨਾਲ ਸਹਿਮਤ ਆ। ਠੀਕ ਹੈ ਵੀ ਗੁੱਜਰ ਭਾਈ, ਚਲੋ ਹੁਣ ਆਪਾਂ ਅੱਜ ਦਾ ਲਾਈਵ ਬੰਦ ਕਰਦੇ ਹਾਂ ਅਤੇ ਅੱਜ ਆਪਣੇ ਅੱਜ ਦਾ 2 ਲਾਈਵ ਜੋੜਦੇ ਆਪਾਂ ਨੇ, ਕਿ ਘਰ ਕੰਮ ਘੱਟ ਹੋਇਆ ਇੰਨਾ ਮੈਂ ਤਾਂ ਹੀ ਦਿਖਾਇਆ, ਨਹੀਂ ਤਾਂ ਅਤੇ ਅੱਜ ਜਿਹੜਾ ਆਪਾਂ ਜਾ ਕੇ ਇੱਕ ਦੋ ਹੋਰ ਨੌਲੇਜ ਲੈ ਕੇ ਆਏ ਇਹਦੇ ਕੰਮ ਬਾਰੇ, ਅਤੇ ਤਾਂ ਫਿਰ ਬਾਈ ਘੁੰਮੇ ਫਿਰ ਦੇਣਾ। ਅੱਜ ਮੈਂ ਸਾਰਾ ਸਵੇਰ ਤੋਂ ਨਿਕਲਿਆ 11 ਵਜੇ ਦਾ ਅਤੇ ਹੁਣ ਬੜਿਆ ਮੈਂ। ਠੀਕ ਹੈ ਗੁੱਜਰ ਬਾਈ, ਤੇਰੀ ਰੋਟੀ ਆ ਗਈ, ਸਮਾਨ ਤੇਰਾ ਆ ਗਿਆ, ਠੀਕ ਹੈ ਤੂੰ ਨਾਲ ਹੈ ਮੇਰੇ, ਤੇਰੀ ਬੋਟ ਵੀ ਖਰੀਦਣ ਆਉਣਗੇ ਬੰਦੇ। ਅੱਛਾ ਠੀਕ ਹੈ, ਫਿਰ ਚਾਹ ਪਾਣੀ ਦਾ ਪ੍ਰਬੰਧ ਤੇਰੇ ਕੋਲ ਹੋਊਗਾ ਸਾਰਾ, ਫਿਰ ਤੁਹਾਨੂੰ 2 ਮੱਝਾਂ ਲੈ ਕੇ ਇੱਥੇ ਰੱਖ ਦੇਣੀਆਂ, ਚਾਹ ਪਾਣੀ ਦਾ ਆਪਾਂ ਫਿਰ ਸਾਰਾ ਪ੍ਰਬੰਧ ਇੱਥੇ ਕਰਾਂਗੇ ਫਿਰ। ਠੀਕ ਹੈ, ਇਹ ਮੈਨੂੰ ਪਤਾ ਸਾਡੇ ਜਿਹੜਾ ਕਾਲੇ ਦਾ ਬਾਪੂ ਸਾਡੇ ਸਰਪੰਚ ਹੀ ਕੀਤੀ, ਉਹਨੇ ਘੱਟੋ ਘੱਟ ਕਿੰਨੇ ਸਾਲ ਸਰਪੰਚ ਕੀਤੀ ਉਹਨੇ ਬਾਈ? ਹਾਂ ਹਾਂ 10 ਸਾਲ ਨਹੀਂ ਵੱਧ ਕੀਤੀ, ਪਹਿਲਾਂ ਸਰਪੰਚੀ ਕਾਫੀ ਟਾਈਮ ਉਹਨਾਂ ਦੇ ਪਰਿਵਾਰ ਚ ਰਹੇ, ਉਹੀ ਕਹਿੰਦਾ ਫਿਰ ਇੱਕ ਐਕਸਪੀਰੀਅੰਸ ਹੁੰਦਾ ਵੀ ਅਸੀਂ ਵੀ ਦੇਖਦੇ ਹੁੰਦੇ ਤੇ ਵੀ ਸਰਪੰਚੀ ਕਰਨੀ ਉਹ ਨਹੀਂ ਵੀ ਬੰਦਾ ਤੜ ਰੱਖਦਾ ਸੀ, ਉਹ ਇਹ ਨਹੀਂ ਸੀ ਹੈ ਉਹ ਬੰਦਾ ਇੱਦਾਂ ਦਾ ਸੀ ਵੀ ਜੇ ਕੋਈ ਬੰਦਾ ਆ ਜਾਂਦਾ ਤਾਂ ਉਹਦੇ ਕੋਲ ਉਹਨੂੰ ਜਵਾਬ ਨਹੀਂ ਦਿੰਦਾ ਹੈਗਾ, ਬਾਪੂ ਟਰੈਕਟਰ ਚਾਹੀਦਾ, ਬਾਪੂ ਹਲ ਚਾਹੀਦੇ, ਬਾਪੂ ਟਰਾਲਾ ਚਾਹੀਦਾ, ਉਹ ਲੈ ਜਾ ਉਹ ਲੈ ਜਾ, ਇੱਦਾਂ ਸੀ ਇੱਦਾਂ ਇਹ ਚੀਜ਼ ਚਾਹੀਦੀ। ਫਿਰ ਦਿਲ ਬਹੁਤ ਵੱਡਾ ਤਾ ਵੀਰੇ, ਬਹੁਤ ਜ਼ਿਆਦਾ ਵੱਡਾ ਦਿਲ ਸੀ। ਇਹ ਵੀ ਗੱਲਾਂ ਹੁੰਦੀਆਂ ਸੀ ਨਾ ਵੀ ਹੁਣ ਜਿਵੇਂ ਇੱਕ ਧਿਰ ਦੀ ਸਪੋਰਟ ਕਰਤੀ ਤਾਂ ਦੂਜੀ ਨਾਰਾਜ਼, ਦੂਜੀ ਸਪੋਰਟ ਕਰਤੀ, ਹਾਂ ਸੁਣ ਕੇ ਤਾਂ ਉਹਨਾਂ ਦੀ ਗੱਲਬਾਤ ਫਿਰ। ਹਾਂ ਅਤੇ ਧੰਨਵਾਦ ਜੀ, ਅਤੇ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ, ਆਉਣ ਵਾਲੇ ਕਰਾਂਗੇ ਸਰਪੰਚ ਵਾਲੀ ਸੀਰੀਜ਼ ਚੱਲੀ ਜਾਣਗੀਆਂ ਆਪਣੀਆਂ ਗੱਲਾਂ। ਧੰਨਵਾਦ ਜੀ।